ਗੁਰਾਇਆ ਅਧੀਨ ਇਲਾਕੇ ਵਿੱਚ ਲੁੱਟਾਂ ਖੋਹਾਂ ਦੇ ਮਾਮਲੇ ਕਟਣ ਦਾ ਨਾਮ ਨਹੀਂ ਲੈ ਰਹੇ। ਇਹਨਾਂ ਘਟਨਾਵਾਂ ਵਿੱਚ ਉਦੋਂ ਹੋਰ ਵੀ ਵਾਧਾ ਹੋ ਗਿਆ ਜਦੋਂ ਦਿਨ ਦਿਹਾੜੇ ਪੁਲਿਸ ਚੌਕੀ ਤਲੇਤਾ ਅਧੀਨ ਪੈਂਦੇ ਪਿੰਡ ਬੜਾ ਪਿੰਡ ਵਿਖੇ ਕਰਿਆਨੇ ਦੀ ਦੁਕਾਨ ਦੇ ਗੱਲੇ ਵਿੱਚੋਂ ਇੱਕ ਛਾਤਰ ਨੌਜਵਾਨ ਨੇ ਨਕਦੀ ਚੋਰੀ ਕਰਕੇ ਭੱਜਣ ਲੱਗਿਆ ਤਾਂ ਉਸ ਨੂੰ ਕਾਬੂ ਕਰ ਲਿਆ ਗਿਆ। ਇਹ ਚੋਰੀ ਦਾ ਸਾਰਾ ਮਾਮਲਾ ਦੁਕਾਨ ਤੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਿਆ। ਘਟਨਾ ਦੀ ਸਾਰੀ ਜਾਣਕਾਰੀ ਦਿੰਦਿਆਂ GH ਕਰਿਆਨਾ ਸਟੋਰ ਬੜਾ ਪਿੰਡ ਦੇ ਮਾਲਕ ਸੁਰਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਬੜਾ ਪਿੰਡ ਨੇ ਦੱਸਿਆ ਕਿ ਇਸ ਛਾਤਰ ਨੌਜਵਾਨ ਨੇ ਉਸ ਨੂੰ ਪੀਣ ਵਾਸਤੇ ਪਾਣੀ ਮੰਗਿਆ। ਜਦੋਂ ਹੀ ਦੁਕਾਨਦਾਰ ਫਰਿੱਜ 'ਚੋਂ ਪਾਣੀ ਦਾ ਗਲਾਸ ਭਰਨ ਗਿਆ ਤਾਂ ਅੱਖ ਬਚਾ ਕੇ ਛਾਤਰ ਨੌਜਵਾਨ ਨੇ ਗੱਲੇ ਵਿੱਚੋਂ ਪੈਸੇ ਚੋਰੀ ਕਰ ਲਏ। ਦੁਕਾਨਦਾਰ ਨੂੰ ਸ਼ੱਕ ਪੈਣ 'ਤੇ ਉਸ ਛਾਤਰ ਨੌਜਵਾਨ ਨੂੰ ਜਾਣ ਨਹੀਂ ਦਿੱਤਾ। ਜਦੋਂ CCTV ਕੈਮਰੇ ਵੇਖੇ ਤਾਂ ਉਹ ਨੌਜਵਾਨ ਚੋਰੀ ਕਰਦਾ ਸਾਫ਼ ਦਿਖਾਈ ਦੇ ਰਿਹਾ ਹੈ। ਦੁਕਾਨਦਾਰ ਨੇ ਦੱਸਿਆ ਕਿ ਇਸ ਕਥਿਤ ਚੋਰ ਨੂੰ ਥਾਣਾ ਗੁਰਾਇਆ ਦੀ ਪੁਲਿਸ ਹਵਾਲੇ ਕਰ ਦਿੱਤਾ ਹੈ। ਇੱਥੇ ਦੱਸਣਯੋਗ ਹੈ ਕਿ ਇਸੇ ਦੁਕਾਨ 'ਤੇ ਬੀਤੇ ਸਾਲ ਵੀ ਇਸੇ ਤਰ੍ਹਾਂ ਹੀ ਇੱਕ ਨੌਜਵਾਨ ਗੱਲੇ 'ਚੋਂ ਚੋਰੀ ਕਰਕੇ ਭੱਜਣ ਵਿੱਚ ਸਫਲ ਹੋ ਗਿਆ ਸੀ। ਉਸ ਘਟਨਾ ਦੀ ਵੀ ਸਾਰੀ ਵੀਡੀਓ ਪੁਲਿਸ ਨੂੰ ਦਿੱਤੀ ਗਈ ਸੀ, ਪਰ ਇਸ ਵਾਰ ਤਾਂ ਚੋਰ ਨੂੰ CCTV ਕੈਮਰਿਆਂ ਦੀ ਫੁਟੇਜ ਸਮੇਤ ਖੁਦ ਪੁਲਿਸ ਹਵਾਲੇ ਕੀਤਾ ਗਿਆ ਹੈ। ਗੁਰਾਇਆਂ ਦੀ ਪੁਲਿਸ ਨੇ ਇਸ ਘਟਨਾ ਸੰਬੰਧੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਪਿੰਡ ਕਿਹੜਾ ਤੁਹਾਡਾ? ਕਿੰਨੇ ਪੈਸੇ ਕੱਢੇ ਸੀ? 150 ਰੁਪਈਆ ਸੀਗਾ ਬਸ। ਮੇਰਾ ਨਾਮ ਸੁਰਿੰਦਰ ਸਿੰਘ ਹੈ, ਮੇਰੀ ਬੜੇ ਪਿੰਡ ਦੁਕਾਨ GH ਜਨਰਲ ਸਟੋਰ ਦੇ ਨਾਂ 'ਤੇ ਹੈ। ਅਜੇ ਇੱਕ ਮੁੰਡਾ ਆਇਆ ਮੇਰੀ ਦੁਕਾਨ 'ਤੇ, ਬੰਗਿਆਂ ਸਾਈਡ ਦਾ ਦੱਸਣ ਡਿਆ ਆ। ਉਹ ਮੈਨੂੰ ਕਹਿੰਦਾ ਕੁਛ ਸੌਦੇ ਲੈਣੇ ਆ। ਮੈਂ ਉਹਨੂੰ ਸੌਦੇ ਪਾਉਣ ਲੱਗਾ, ਫਿਰ ਮੈਨੂੰ ਕਹਿੰਦਾ ਪਾਣੀ ਪੜਾ ਦਿਓ ਜੀ। ਪਹਿਲਾਂ ਮੈਂ ਉਹਨੂੰ ਪਾਣੀ ਪੜਾਇਆ, ਨਿਗਾਹ ਮੇਰੀ ਉਹਦੇ ਵਾਲੀ ਸੀ। ਮੈਂ ਦੇਖਿਆ ਬੰਦਾ ਓਪਰਾ ਲੱਗਦਾ ਕੋਈ, ਤਾਂ ਮੈਂ ਉਹਨੂੰ ਪਾਣੀ ਦਾ ਗਲਾਸ ਲਿਆ ਕੇ ਦਿੱਤਾ। ਉਹਨੇ ਜਾਨੂੰ ਗੱਲੇ 'ਚ ਫਟਾਫਟ ਪੈਸੇ ਕੱਢੇ, ਪੈਸੇ ਕੱਢ ਕੇ ਜੇਬ 'ਚ ਪਾ ਲਏ। ਮੈਂ ਪਾਣੀ ਪੜਾ ਕੇ ਉਹਨੂੰ ਪੁੱਛਿਆ ਵੀ ਦੱਸ ਤੂੰ ਗੱਲੇ 'ਚੋਂ ਕੀ ਕੱਢਿਆ? ਕਹਿੰਦਾ ਮੈਂ ਨਹੀਂ ਜੀ ਕੁਛ ਨਹੀਂ ਕੱਢਿਆ। ਮੈਂ ਉਹਨੇ ਤਾਂ ਬਿਠਾਇਆ, ਡਰਾਇਆ, ਡਰਾ ਕੇ ਫਿਰ ਉਹਨੂੰ ਕੱਢ ਕੇ ਰੱਖਦੇ ਜੀ। ਇੰਨੇ ਕੁ ਪੈਸੇ ਮੈਂ ਕੱਢੇ ਜੀ, ਸਾਰਾ ਕੁਛ ਉਹਨੂੰ ਪੁੱਛਿਆ, ਹੋਰ ਕੁਛ ਨਹੀਂ। ਫਿਰ ਉਹ ਨੱਠਣ ਲੱਗਾ ਮੋਟਰਸਾਈਕਲ ਲੈ ਕੇ। ਉਹਨੂੰ ਮੈਂ ਨੱਠ ਕੇ ਫੜ ਕੇ ਸਿੱਟਿਆ, ਮੋਟਰਸਾਈਕਲ ਬਾਹਰ ਖੜਾ ਸੀ ਉਹਦਾ, ਉਹਨੂੰ ਸਿੱਟ ਲਿਆ। ਫਿਰ ਅੰਦਰ ਲਿਆ ਕੇ ਉਹਨੂੰ ਬਿਠਾ ਕੇ ਪੁੱਛਿਆ ਸਾਰਾ ਕੁਛ। ਕਹਿੰਦਾ ਮੈਂ ਹੋਰ ਨਹੀਂ ਕੁਛ ਵੀ ਕੀਤਾ, ਮੈਂ ਆਹੀ ਪੈਸੇ ਕੱਢੇ ਇੰਨੇ। ਅਸੀਂ ਬਾਅਦ ਵਿੱਚ ਕੈਮਰੇ 'ਚ ਵੀ ਦੇਖ ਲਿਆ, ਫਿਰ ਪੁਲਿਸ ਨੂੰ ਸੱਦ ਕੇ ਉਹਨੂੰ ਫੜਾ ਦਿੱਤਾ। ਸਾਡਾ ਤਾਂ ਅਸੀਂ ਕਹਿੰਦੇ ਬਚਾਅ ਹੋ ਗਿਆ। ਇੱਦਾਂ ਦੇ ਬੰਦਿਆਂ ਨੂੰ ਨੱਥ ਪਾਉਣੀ ਚਾਹੀਦੀ ਪੁਲਿਸ ਨੇ, ਜਿਹੜਾ ਮੁੜ ਕੇ ਇੱਦਾਂ ਦਾ ਕੰਮ ਨਾ ਕਰ ਸਕਣ।